ਸਰ ਸਾਨੂੰ ਕਿਸੇ ਰਾਹਗੀਰ ਤੋਂ ਇਤਲਾਹ ਮਿਲੀ ਸੀ ਵੀ ਇੱਕ ਲੜਕੀ ਆ ਨੌਜਵਾਨ 30-32 ਸਾਲ ਦੀ ਵੀ ਉਹ ਨਾ ਆਪਦੇ ਘਰੋਂ ਲੜ ਕੇ ਆਈ ਹੈ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਛਾਲ ਮਾਰ ਕੇ ਸੁਈਸਾਈਡ ਕਰਨ ਲੱਗੀ ਹੈ ਥੋੜ੍ਹੀ ਦਿਮਾਗੀ ਤੌਰ 'ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਰ ਅਸੀਂ ਮੌਕੇ 'ਤੇ ਪਹੁੰਚ ਕੇ ਅਤੇ ਉਹਨੂੰ ਮਤਲਬ ਕੁੜੀਆਂ ਨੇ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਅਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਅਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਅਤੇ ਉਹਨਾਂ ਦੇ ਸਪੁਰਦ ਕੀਤਾ ਜੀ ਉਹਨੂੰ।